ਸੱਚੀ ਗੱਲ ਜੀ ਸਾਰਿਆਂ ਨੂੰ ਸੌਣਦਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੇ ਖਬਰਾਂ ਦੇ ਵਿੱਚ ਗੱਲ ਕਰਾਂਗੇ ਜੀ ਇਟਲੀ ਦੀ ਗਿਣਤੀ ਬਾਰੇ ਤੇ ਹਰ ਰੋਜ਼ ਦੀ ਤਰ੍ਹਾਂ ਜੋ ਕਰਦੇ ਹਾਂ ਉਸ ਤੋਂ ਬਾਅਦ ਬੋਨਸ ਨਤਾਲੇ ਇਹਦੇ ਬਾਰੇ ਗੱਲ ਕਰਾਂਗੇ ਜੀ 1400 ਯਰੋ ਕਿਹਨਾਂ ਨੂੰ ਮਿਲ ਸਕਦਾ ਕੌਣ ਹੱਕਦਾਰ ਨੇ ਕਿੱਦਾਂ ਮਿਲਣਾ ਅਤੇ ਕਿਸ ਤਰੀਕ ਤੋ ਪਹਿਲਾਂ ਤੁਸੀਂ ਇਹ ਕਰਨਾ ਪਰ ਸਭ ਤੋਂ ਪਹਿਲਾਂ ਇਟਲੀ ਦੀ ਗਿਣਤੀ ਦੇਖਦੇ ਹਾਂ ਜੀ ਇਟਲੀ ਦੇ ਵਿੱਚ 15021 ਨਵੇਂ ਕੇਸ 43 ਦੀ ਮੌਤ 685 ਮਰੀਜ਼ ਠੀਕ 232000 ਇਟਲੀ ਦੇ ਵਿੱਚ ਪੋਜ਼ਿਟਿਵ ਬੰਦੇ ਮੌਜੂਦ ਨੇ ਤਕਰੀਬਨ 2.5 ਲੱਖ ਟੈਸਟ ਕੀਤਾ ਗਿਆ ਤੇ ਪਾਉਣੇ 1.3 ਜਿਹੜੀ ਪਰਸੈਂਟਜ ਦੀ ਚੱਲ ਰਹੀ 2.86 ਜਿਹੜੀ ਤਾਸੂ ਦੀ ਪੋਜ਼ਿਟਿਵਿਟੀ ਚੱਲ ਰਹੀ ਸੀ ਜੀ ਬਾਦਿਆਂ ਜੀ ਸਭ ਤੋਂ ਪਹਿਲਾਂ ਵੱਡੇ ਅਪਡੇਟ ਵਾਲ ਵੱਡਾ ਅਪਡੇਟ ਗ੍ਰੀਨ ਪਾਸ ਅਤੇ ਸੁਪਰ ਗ੍ਰੀਨ ਪਾਸ ਆ ਜਿਹੜਾ ਇਹਦੇ ਬਾਰੇ ਅਸੀਂ ਤੁਹਾਨੂੰ ਇੱਕ ਗੱਲ ਦੱਸੀ ਪਰ ਇੱਕ ਹੋਰ ਸਰਕਾਰ ਨੇ ਦੇ ਬਾਰੇ ਗੱਲਾਂ ਦਸੀਆਂ ਨੇ ਜੀ ਉਹ ਹੈ ਕਿ ਟੈਕਸੀਆਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਵੀ ਸਫ਼ਰ ਨਹੀਂ ਕੀਤਾ ਜਾ ਸਕਦਾ ਉਹਦੇ ਲਈ ਗ੍ਰੀਨ ਪਾਸ ਦੀ ਲੋੜ ਹੈ ਜੀ ਤੁਹਾਡੇ ਕੋਲ ਨਾਰਮਲ ਗ੍ਰੀਨ ਪਾਸ ਹੋਣਾ ਚਾਹੀਦਾ ਪਰ ਜੇਕਰ ਇੱਕ ਕਮੂਨੇ ਤੋਂ ਦੂਸਰੇ ਕਮੂਨੇ ਦੇ ਵਿੱਚ ਜਾਣਾ ਤੇ ਜਿਸ ਕਮੂਨੇ ਦੇ ਵਿੱਚ ਅਸੀਂ ਜਾ ਰਹੇ ਹਾਂ ਜੇਕਰ ਉੱਥੇ ਸੰਤਰੀ ਜਾਫਾ ਰੈੱਡ ਜ਼ੋਨ ਹੋਵੇ ਸਿਰਫ ਅਤੇ ਸਿਰਫ ਕੰਮ ਦੇ ਲਈ ਜਾਂ ਜ਼ਰੂਰੀ ਲੋੜ ਦੇ ਲਈ ਜਾਂ ਫਿਰ ਸਿਹਤ ਸੰਬੰਧੀ ਹੀ ਆਪਾਂ ਪਿੰਡਾਂ ਤੋਂ ਬਾਹਰ ਜਾਵਾਂਗੇ ਜੇਕਰ ਸੰਤਰੀ ਜਾਉਣ ਲੱਗ ਜਾਂਦਾ ਉਹ ਵੀ ਆਪਣੀ ਗੱਡੀ ਦੇ ਵਿੱਚ ਬਿਨਾ ਗ੍ਰੀਨ ਪਾਸ ਤੋਂ ਜੇਕਰ ਗ੍ਰੀਨ ਪਾਸ ਹੈ ਤਾਂ ਫਿਰ ਕੋਈ ਚੱਕਾ ਨਹੀਂ ਜੇਕਰ ਨਹੀਂ ਗ੍ਰੀਨ ਪਾਸ ਤਾਂ ਸੰਤਰੀ ਜ਼ੋਨ ਦੇ ਵਿੱਚ ਸਮਝ ਲਓ ਬਿਨਾ ਗ੍ਰੀਨ ਪਾਸ ਵਾਲੇ ਬਿਨਾ ਵੈਕਸੀਨ ਵਾਲੇ ਕਿਸਮ ਨਾਲ ਫਸ ਗਏ। ਤੋਂ ਉਸ ਤੋਂ ਬਾਅਦ ਨਤਾਲੀ ਦੀਆਂ ਛੁੱਟੀਆਂ ਦੇ ਵਿੱਚ ਤਕਰੀਬਨ ਇਹਨਾਂ ਨੇ ਸੰਤਰੀ ਜ਼ੋਨ ਸਾਰੇ ਕਰਦਣੇ ਉਹੀ ਕਿ ਆਪਣੇ ਪਿੰਡਾਂ ਤੋਂ ਬੰਦੇ ਬਾਹਰ ਨਾ ਨਿਕਣ ਉਹ ਵਾਲਾ ਜਿਹੜਾ ਕੰਮ ਇਹਨਾਂ ਨੇ ਕਰ ਦੇਣਾ ਜੀ। ਉਸ ਤੋਂ ਬਾਅਦ ਦੇਖਦੇ ਹਾਂ ਜੀ ਇਹ ਬੋਨਸ ਨਤਾਲੇ ਕੀ ਹੈ ਜੀ ਅਸਲ ਦੇ ਵਿੱਚ ਬਹੁਤ ਜਣੇ ਨੂੰ ਬੋਨਸ ਨਤਾਲੇ ਵੀ ਕਹਿੰਦੇ ਆ ਪਰ ਇਹਦਾ ਨਾਮ ਬੋਨਸ ਨਤਾਲੀਤਸਿਓ ਵੀ ਰੱਖਿਆ ਪਰ ਅਸਲ ਦੇ ਵਿੱਚ ਇਹ ਕੋਈ ਬੋਨਸ ਨਹੀਂ ਹੈ ਇਹ ਨਾ ਹੀ ਕੋਈ ਵਾਊਚਰ ਆ ਜਿਸ ਤਰ੍ਹਾਂ ਕੇ ਬੋਨਸ ਤੇਰਮੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਛੁੱਟੀਆਂ ਜਾ ਕੇ ਮਨਾਓ ਜਾਂ ਫਿਰ ਬੋਨੋ ਵਹੀਕਲ ਸਿਕੂਰ ਹੋ ਜੇ ਦੇ ਵਿੱਚ ਤੁਸੀਂ ਆਪਣੀ ਜਿਹੜੀ ਗੱਡੀ ਦੀ ਰਿਵੀਜ਼ਿਓਨ ਹੈ ਜਿਹੜੀ ਸਰਵਿਸ ਜਿਹੜੀ ਕਰਾਉਂਦੇ ਆ ਸਾਲ ਉਹ ਕਰਵਾਉਂਦੇ ਹੋ ਤੇ ਉਹਦੇ ਲਈ ਸਰਕਾਰ ਤੁਹਾਨੂੰ ਵਾਊਚਰ ਦਿੰਦੀ ਹੈ ਇਹ ਉਹ ਵੀ ਨਹੀਂ ਹੈਗੀ ਪਰ ਇਹ ਜੀ ਸਰਕਾਰ ਤੁਹਾਨੂੰ ਕੋਈ ਕੁਝ ਬੋਨਸ ਪੇਜਾ ਦਿੰਦੀ ਆ ਇੱਕ ਪਰਚੀਆਂ ਦਿੰਦੀ ਆ ਜਿਨ੍ਹਾਂ ਨੂੰ ਤੁਸੀਂ ਜਾ ਕੇ ਮਾਰਕੀਟਾਂ ਦੇ ਵਿੱਚ ਜਾ ਕੇ ਖਰੀਦ ਸਕਦੇ ਹੋ ਤੇ ਇਹ ਦੇ ਰਿਆ ਸਰਕਾਰ ਫੈਮਲੀਆ ਨੂੰ ਦੇ ਰਹੀ ਆ ਜਿਹੜੀਆਂ ਲੋਡਬੰਦ ਫੈਮਲੀਆ ਨੇ ਤਾਂ ਇਹਨਾਂ ਦੇ ਵਿੱਚ ਤਕਰੀਬਨ 1400 ਏਰੋ ਬੰਦਿਆਂ ਨੂੰ ਮਿਲ ਸਕਦਾ ਹੁਣ ਇਹ ਜਿਹੜਾ 1400 ਏਰੋ ਆ ਇਹ ਕਿੰਨੇ ਦੇਣਾ ਜੀ ਇਸ ਇਸ ਸਾਲ ਦੇ ਐਂਡ ਤੱਕ ਜਿਹੜਾ ਪਿੰਡਾਂ ਨੇ ਦੇਣਾ ਜੀ ਤੇ ਤਕਰੀਬਨ ਸਰਕਾਰ ਨੇ 500 ਮਿਲੀਅਨ ਏਰੋ ਜਿਹੜਾ ਇਹਦੇ ਲਈ ਰੱਖਿਆ ਹੋਇਆ ਤੇ ਇਹ ਜੋ 500 ਮਿਲੀਅਨ ਐਰੋ ਰੱਖਿਆ ਇਸ 500 ਮਿਲੀਅਨ ਐਰੋ ਨੂੰ ਪਿੰਡਾਂ ਦੇ ਵਿੱਚ ਜਿੰਨੇ ਵੀ ਇਟਲੀ ਦੇ ਵਿੱਚ ਪਿੰਡ ਆ ਸਾਰਿਆਂ ਨੂੰ ਉੱਥੇ ਦੀ ਜਿਹੜੀ ਆਬਾਦੀ ਆਉਂਦੇ ਹਿਸਾਬ ਦੇ ਨਾਲ ਰੱਖਿਆ ਗਿਆ ਪਰ ਹੁਣ ਇਹ ਦਾ ਇਹਨੂੰ ਕਰ ਕੌਣ ਸਕਦਾ ਦੇਖੋ ਜੀ ਇਹ ਜਿਹੜਾ ਦਮਾਂਦਾ ਇਹ ਹੁਣ ਹਰ ਪਿੰਡ ਦੇ ਕਮੂਨੇ ਦੇ ਵਿੱਚ ਜਾ ਕੇ ਕੀਤਾ ਜਾ ਸਕਦਾ ਤੇ ਫੈਮਿਲੀ ਜਿੰਨੀ ਵੱਡੀ ਫੈਮਿਲੀ ਆ ਉਹਦੇ ਚਾਂਸ ਜ਼ਿਆਦਾ ਪਰ ਜਿੰਨਾ ਹੀ ਉਹਦੀ ਰਾਇਦੀ ਤੋਂ ਘੱਟ ਵਾ ਮਤਲਬ ਜਿੰਨੇ ਉਹਦੀ ਈਜ਼ੇ ਘੱਟ ਵਾ ਜਿੰਨੀ ਰੈਦੀ ਦੇ ਘਟਵਾ ਉਹਨੂੰ ਸਰਵਿਸ ਜਿਹੜੀਆਂ ਕੋਈ ਸਰਕਾਰੀ ਸਹੂਬਾ ਕਿੰਨੀ ਮਿਲ ਰਹੀ ਹੈ ਉਹਦੇ ਹਿਸਾਬ ਦੇ ਨਾਲ ਦੁਮਾਨ ਦਾ ਚੈੱਕ ਕਰਨਾ ਜੇਕਰ ਤੁਹਾਡੇ ਪੱਕੇ ਕੰਮ ਲੱਗੇ ਹੋਆ ਤੁਹਾਨੂੰ ਕੋਈ ਹੋਰ ਬੋਨਸ ਆਂਦੇ ਫਿਰ ਤੁਸੀਂ ਨਾ ਕਰਿਓ ਜੇਕਰ ਤੁਸੀਂ ਬੇਰੋਜ਼ਗਾਰ ਹੋ ਤੁਸੀਂ ਕੰਮ ਨਹੀਂ ਕਰਦੇ ਇਸੇ ਵਗੈਰਾ ਘਟਵਾ ਤਾਂ ਫਿਰ ਆਪਣੇ ਕਮੂਨੇ ਦੇ ਵਿੱਚ ਜਾ ਕੇ ਤੁਸੀਂ ਆਪਣਾ ਇਹ ਦੁਮਾਨ ਦਾ ਕਰ ਸਕਦੇ ਹੋ ਜੀ ਤੇ 1400 ਰੁਪਏ ਤੱਕ ਬੋਨਸ ਪੀਸਾਂ ਜਿਹਨੂੰ ਅਸੀਂ ਕਹਿ ਸਕਦੇ ਆ ਇਹ ਮਿਲਦੀਆਂ ਨੇ ਪਰਤੀਆਂ ਜਿਨ੍ਹਾਂ ਨੂੰ ਤੁਸੀਂ ਜਾ ਕੇ ਆਪਣਾ ਖੜਚ ਸਕਦੇ ਹੋ ਸਮਾਨ ਲੈ ਸਕਦੇ ਆਨਲਾਈਨ ਭਰ ਸਕਦੇ ਟੈਲੀਫੋਨ ਤੇ ਵੀ ਦੁਮਾਨਦਾ ਕੇਹੇ ਭਰਵਾ ਸਕਦੇ ਜਾਂ ਫਿਰ ਉੱਥੇ ਜਾ ਕੇ ਵੀ ਇਹ ਜਿਹੜਾ ਦੁਮਾਨਦਾ ਕਰਵਾ ਜਾ ਸਕਦਾ ਜੀ ਬਾਦਿਆਂ ਜੀ ਅਗਲੇ ਅਪਡੇਟ ਵੱਲ ਸਭ ਤੋਂ ਪਹਿਲਾ ਜਿਹੜਾ ਅਪਡੇਟ ਆ ਰਿਹਾ ਜੀ ਉਹ ਅਪਡੇਟ ਆ ਰਿਹਾ ਮਿਲਾਨ ਤੋਂ ਮਿਲਾਨ ਦੇ ਵਿੱਚ ਜੇ ਮਿਲਾਨ ਦੇ ਵਿੱਚ ਟ੍ਰੇਨਾਂ ਦੇ ਵਿੱਚ ਜਿਹੜਾ ਸਫਰ ਕਰਨਾ ਹੁਣ ਐਨਾ ਸੇਫ ਨਹੀਂ ਰਿਹਾ ਜਿੰਨਾ ਇੱਕ ਵਾਰਚ ਹੁੰਦਾ ਸੀਗਾ ਹੁਣ ਜਿਹੜਾ ਟ੍ਰੇਨਾਂ ਦੇ ਵਿੱਚ ਹਰ ਰੋਜ਼ ਕੁਛ ਨਾ ਕੁਛ ਕੁਛ ਨਾ ਕੁਛ ਹੁੰਦਾ ਜਾ ਰਿਹਾ ਮਿਲਾਨੋਂ ਵਰੇਜ਼ੇ ਦੀ ਜਿਹੜੀ ਟ੍ਰੇਨ ਆ ਇਹਦੇ ਵਿੱਚ 2 20 ਸਾਲ ਦੀਆਂ ਜਿਹੜੀਆਂ ਲੜਕੀਆਂ ਉਹਨਾਂ ਦੇ ਨਾਲ ਜ਼ਬਰਦਸਤ ਕੀਤਾ ਗਿਆ ਉਹਨਾਂ ਦਾ ਰੇਪ ਕੀਤਾ ਗਿਆ ਜੀ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਦੀ ਉਮਰ ਵੀ ਤਕਰੀਬਨ 22 ਸਾਲ ਦੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਟਾਈਮ ਪੱਕਾ ਨਹੀਂ ਪਤਾ ਉਹਨਾਂ ਨੂੰ ਸ਼ੱਕ ਹੈ ਕਿ ਉਹ ਜਿਹੜੇ 2 22 ਸਾਲ ਦੇ ਬੰਦੇ ਸਨ ਉਸ ਤਰ੍ਹਾਂ ਨੀਰੀ ਹੀ ਸਨ ਇਟਾਲੀਅਨ ਨਹੀਂ ਸਨ ਕੋਈ ਹੋਰ ਦੇਸ਼ ਦੇ ਸਨ ਗੈਰ ਮੁਲਕੀ ਸਨ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਹੈ ਜੀ ਵੈਸੇ ਟ੍ਰੇਨਾਂ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਹੋ ਜਾਂਦੀਆਂ ਨੇ ਚੋਰੀ ਕੀਤੀ ਜਾਂਦੀ ਹੈ ਟਿਕਟੀਆਂ ਮਾਰੀਆਂ ਜਾਂਦੀਆਂ ਨੇ ਕਿਸੇ ਦਾ ਟੈਲੀਫੋਨ ਰਹਿ ਜਾਂਦਾ ਕਿਸੇ ਦਾ ਪਾਰਸਲ ਰਹਿ ਜਾਂਦਾ ਇਦਾਂ ਦੇ ਕੰਮ ਕਰਦੇ ਆ ਪਰ ਇਹ ਜੋ ਹੋਇਆ ਇੱਕ ਵੱਖਰੀ ਹੀ ਘਟਨਾ ਬਹੁਤ ਗਲਤ ਘਟਨਾ ਵਾਪਰੀ ਹੈ ਜੀ ਪਰ ਇਸ ਤੋਂ ਬਾਅਦ ਪੁਲਿਸ ਨੇ ਇਨਕੁਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਚੈਲੇ ਟੈਲੀਫੋਨਿਕ ਆ ਉਹਨਾਂ ਉਸ ਏਰੀਏ ਦੇ ਵਿੱਚ ਉਸ ਲਾਈਨ ਦੇ ਵਿੱਚ ਜਿਹੜੇ ਦੋ ਟੈਲੀਫੋਨ ਨੰਬਰ ਉਸ ਮੋਬਾਈਲ ਨੰਬਰ ਦੇ ਨਾਲ ਜਿੰਨੇ ਵੀ ਜਿਹੜੇ ਜ਼ਿਆਦਾ ਜੁੜੇ ਸੀ ਐਕਟਿਵ ਸਨ ਉਹਨਾਂ ਦੇ ਉੱਤੇ ਇਨਕੁਆਰੀ ਚੱਲ ਰਹੀ ਹੈ ਜੀ ਦੇ ਸ਼ਾਮ ਤੱਕ ਜਾਂ ਫਿਰ ਕੱਲ ਸਵੇਰ ਤੱਕ ਇਹਨਾਂ ਨੇ ਜਿਹੜੇ ਬੰਦੇ ਨੇ આરોપી ਨੇ ਉਹਨਾਂ ਨੂੰ ਫੜ ਲੈਣਾ ਜਿੱਥੇ ਵੀ ਇਟਲੀ ਦੇ ਵਿੱਚ ਹੋਣਗੇ ਉਹਨਾਂ ਦੀ ਜਿਹੜੀ ਲੋਕੇਸ਼ਨ ਆ ਉੱਥੇ ਪਹੁੰਚਣਗੇ ਉਹਨਾਂ ਦਾ ਟੈਸਟ ਕੀਤਾ ਜਾਊਗਾ ਡੀਐਨਏ ਟੈਸਟ ਤੋਂ ਬਾਅਦ ਹੀ ਜਿਹੜੀ ਇਹ ਗੱਲ ਸਾਰੀ ਸਾਹਮਣੇ ਆਊਗੀ ਕਿ ਉਹ ਜਿਹੜੇ ਬੰਦੇ ਸਨ આરોપી ਹਨ ਜਾਂ ਫਿਰ ਨਹੀਂ ਅਗਲੇ ਅਪਡੇਟ ਵੱਲ ਚਲਦੇ ਆ ਜੀ ਅਗਲਾ ਅਪਡੇਟ ਆ ਰਿਹਾ ਜੀ ਬਾਦਿਆਂ ਜੀ ਆਪਣੇ ਅਗਲੇ ਅਪਡੇਟ ਵੱਲ 25 ਨਵੰਬਰ ਦੀ ਰਾਤ ਨੂੰ ਇੱਕ ਇੰਡੀਅਨ ਮੁੰਡੇ ਨੂੰ ਕੁੱਟ ਕੇ ਬੰਨ੍ਹ ਕੇ ਕੁੱਟ ਕੇ ਫਰਗੂਨਾ ਦੇ ਵਿੱਚ ਲੱਦ ਕੇ ਉਹਨੂੰ ਬੇਹੋਸ਼ੀ ਦੇ ਹਾਲਤ ਦੇ ਵਿੱਚ ਸੜਕ ਦੇ ਸਿੱਟਿਆ ਗਿਆ ਤੇ ਇਸ ਕੇਸ ਦੇ ਵਿੱਚ ਤਿੰਨ ਬੰਦਿਆਂ ਨੂੰ ਤਿੰਨ ਇੰਡੀਅਨ ਆਪਣੇ ਭਾਰਤੀ ਵੀਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਬਰਿਸ਼ਾ ਦੇ ਵਿੱਚ ਰਹਿ ਰਹੇ ਨੇ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਜਿਹੜੀ ਗ੍ਰਿਫਤਾਰੀ ਹੈ ਥ੍ਰੀ ਵੀਡੀਓ ਦੀ ਕਾਰਬਿੰਜਰੀ ਨਹੀਂ ਕੀਤੀ ਹੈ ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆ ਤੇ ਉਹ ਜਿਹੜਾ ਮੁੰਡੇ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਮੁੰਡੇ ਨੇ ਦੱਸਿਆ ਕਿ ਮੈਂ ਕੰਮ ਤੇ ਜਾ ਰਹੀ ਸੀ ਜਿਸ ਟਾਈਮ ਮੇਰੇ ਦੇ ਨਾਲ ਇਹ ਹਿੰਸਾ ਵਾਪਰੀ ਹੈ ਜੀ ਉਹਨਾਂ ਨੂੰ ਮੁਕਿਆ ਨਾ ਕੁਸ ਹੰਨਾ ਨਾ ਲੱਤਾ ਨਾ ਕੁੱਟਿਆ ਗਿਆ ਤੇ ਜਿਹੜਾ ਇਹ ਬੰਦਾ ਇਹਨੇ ਕੁਝ ਗਲਤ ਹੀ ਕੀਤਾ ਸੀਗਾ ਜਿਸ ਕਾਰਨ ਇਹਦਾ ਹਾਲ ਹਾਲ ਕੀਤਾ ਗਿਆ ਜੀ ਤੇ ਖਬਰਾਂ ਦੇ ਖਬਰਾਂ ਦੇ ਵਿੱਚ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਜਿੰਨਾ ਬੰਦਿਆਂ ਨੇ ਕੁੱਟਿਆ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਵਾਈਫ ਦੇ ਨਾਲ ਇਸ ਬੰਦੇ ਨੇ ਛੇੜਖਾਨੀ ਕੀਤੀ ਸੀ ਕੁਝ ਗਲਤ ਤਰੀਕੇ ਦੀ ਜਿਸ ਕਾਰਨ ਇਹਨੂੰ ਫਿਰ ਕੁੱਟਿਆ ਗਿਆ ਜੀ ਪਰ ਜਿਹੜਾ ਪੁਲਿਸ ਦੇ ਹਿਸਾਬ ਦੇ ਨਾਲ ਇਹ ਇੱਕ ਕੇਸ ਬਣਦਾ ਆ ਜਿਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਅਗਲਾ ਅਪਡੇਟ ਆ ਰਿਹਾ ਜੀ 0 ਤੋਂ ਲੈ ਕੇ 5 ਸਾਲ 5 ਸਾਲ ਤੋਂ ਜਿਹੜੇ ਘੱਟ ਬੱਚੇ ਇਹਨਾਂ ਦੀ ਜਿਹੜੀ ਵੈਕਸੀਨਾਂ ਫਾਈਜ਼ਰ ਜਾਂ ਫਿਰ ਮੋਡਰਨਾ ਦੇ ਲਗਣੀ ਸ਼ੁਰੂ ਹੋ ਜਾਣੀਆਂ ਪਰ ਅਪ੍ਰੈਲ ਮਈ ਤੋਂ ਪਹਿਲਾਂ ਲਗਣੀ ਨਹੀਂ ਸ਼ੁਰੂ ਹੋਣੀ ਜੀ ਪਾਸਕੋ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀਆਂ ਵੈਕਸੀਨਾਂ ਬੱਚਿਆਂ ਦੇ ਲਗਣੀਆਂ ਸ਼ੁਰੂ ਹੋ ਜਾਣਗੀਆਂ ਇੰਗਲੈਂਡ ਦੇ ਵਿੱਚ ਲਗਾਤਾਰ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੀ 43992 ਨਵਾਂ ਕੇਸ ਰਜਿਸਟਰ ਹੋਇਆ 54 ਬੰਦਿਆਂ ਦੀ ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਦਿਨ ਮੰਗਲਵਾਰ ਤੋਂ ਇੰਗਲੈਂਡ ਦੇ ਵਿੱਚ ਜਿੰਨੇ ਵੀ ਬੰਦੇ ਹੁਣ ਜਾਣਗੇ ਉਹਨਾਂ ਨੂੰ ਕੋਵਿਡ ਨੈਗੇਟਿਵ ਦਾ ਜਿਹੜਾ ਆਪਣਾ ਰਿਪੋਰਟ ਲੈ ਕੇ ਜਾਣੀ ਪੈਣੀ ਹੈ ਤੇ ਇਸ ਕਾਰਨ ਜਿੰਨੀਆਂ ਵੀ ਉੱਥੇ ਫਲਾਈਟਾਂ ਚੱਲ ਰਹੀਆਂ ਜੀ ਉਹਨਾਂ ਨੇ ਇੰਗਲੈਂਡ ਦੀ ਸਰਕਾਰ ਦੇ ਨਾਲ ਬਹੁਤ ਰੋਸ ਪ੍ਰਗਟ ਕੀਤਾ ਉਹ ਕਹਿ ਰਹੇ ਨੇ ਕਿ ਤੁਸੀਂ ਸਾਡੇ ਨਾਲ ਇਹ ਗਲਤ ਕੰਮ ਕੀਤਾ ਜੀ ਇਸ ਕਰਕੇ ਜੇਕਰ ਤੁਸੀਂ ਇੰਗਲੈਂਡ ਜਾ ਰਹੇ ਹੋ ਤਾਂ ਖਿਆਲ ਰੱਖਿਓ ਜੀ ਇੰਗਲੈਂਡ ਦੇ ਵਿੱਚ ਮੰਗਲਵਾਰ ਤੋਂ ਮੰਗਲਵਾਰ ਦੇ ਦਿਨ ਤੋਂ ਕੋਵਿਡ ਨੈਗੇਟਿਵ ਦੀ ਰਿਪੋਰਟ ਦੇ ਨਾਲ ਹੀ ਐਂਟਰੀ ਮਿਲਣੀ ਹੈ ਜੀ ਜਿਹੜਾ 48 ਘੰਟੇ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਦਾ ਹੀ ਹੋਣਾ ਚਾਹੀਦਾ ਡੈਨਮਾਰਕ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 183 ਕੇਸ ਆ ਗਏ ਨੇ ਤੇ ਜਿਨ੍ਹਾਂ ਦੇ ਵਿੱਚ ਓਮੀਕਰਨ ਜਿਹੜਾ ਵਾਇਰਸ ਆ ਇਹ ਵੀ ਇਹ ਵੀ ਦਰਜ ਹੋਇਆ ਜੀ ਤੇ ਲਗਾਤਾਰ ਜਿਹੜੀ ਓਮੀਕਰਨ ਕੇਸਾਂ ਦੀ ਜਿਹੜੀ ਗਿਣਤੀ ਵੱਧਦੀ ਜਾ ਰਹੀ ਹੈ ਜੀ ਉੱਧਰ ਹੀ ਬਰੁਕਸਲ ਦੇ ਵਿੱਚ ਕੋਵਿਡ ਦੇ ਜਿਹੜੇ ਕੋਵਿਡ ਦੇ ਖਿਲਾਫ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਇਹਨਾਂ ਦੇ ਖਿਲਾਫ ਲਗਾਤਾਰ ਲੋਕੀ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਇਟਲੀ ਦੇ ਵਿੱਚ ਵੀ ਲਗਾਤਾਰ ਪ੍ਰੋਟੈਸਟ ਹੁੰਦਾ ਜਾ ਰਿਹਾ ਪਰ ਸਰਕਾਰਾਂ ਜਿਹੜੀਆਂ ਨੇ ਕਿਸੇ ਦੀ ਵੀ ਗੱਲ ਨਹੀਂ ਮੰਨ ਰਹੀਆਂ ਜੀ ਉਸ ਤੋਂ ਬਾਅਦ ਵੱਧਦੇ ਹਾਂ ਜੀ ਆਪਣੇ ਅਗਲੇ ਅਪਡੇਟ ਵੱਲ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਦਿੱਤੀ ਚੇਤਾਵਨੀ ਜੀ ਦੱਸਿਆ ਜਾ ਰਿਹਾ ਇਸ ਟਾਈਮ ਜਿਹੜਾ ਚੇਤਾਵਨੀ ਦੇ ਗੇੜ ਦੇ ਵਿੱਚ ਹੈ ਜੀ ਬਾਜ਼ਲੀਕਾਤਾ ਬਾਜ਼ਲੀਗਾਤਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉੱਥੇ ਬਹੁਤ ਹੀ ਜ਼ਿਆਦਾ ਕੰਮ ਖਰਾਬ ਹੋ ਸਕਦਾ ਜੀ ਦਿਨ ਕੱਲ ਦਾ ਦੱਸਿਆ ਤੇ ਬਾਕੀ ਜਿਹੜੇ ਹੋਰ ਸਾਊਥ ਦੇ ਹੀ ਏਰੀਏ ਨੇ ਉਹਨਾਂ ਦੇ ਵਿੱਚ ਮੀਂਹ ਪੈ ਸਕਦਾ ਪਰ ਬਾਜ਼ਲੀਗਾਤਾ ਨੂੰ ਸਪੈਸ਼ਲ ਜਿਹੜਾ ਸੰਗਤਰੀ ਜਿਹੜਾ ਅਸੀਂ ਕਹਿ ਸਕਦੇ ਹਾਂ ਔਰੈਂਜ ਚੇਤਾਵਨੀ ਦਿੱਤੀ ਗਈ ਹੈ ਪੁਰਦੇ ਨੋਨੇ ਦੇ ਵਿੱਚ ਇੱਕ 34 ਸਾਲ ਦਾ ਬੰਦਾ ਜੀ ਜੋ ਕਿ ਬੇਰੋਜ਼ਗਾਰ ਸੀ ਜਿਹਦੇ ਬੱਚੇ ਵੀ ਸਨ ਤੇ ਕੰਮ ਲੱਭਣ ਦੇ ਵਿੱਚ ਉਹਨੂੰ ਕਾਫੀ ਪ੍ਰੋਬਲਮ ਸੀ ਇੱਕ ਗਰਾਤਾ ਇਹ ਵਿੱਚ ਇੱਕ ਲੋਟਰੀ ਹੈ ਜਿਹੜੀ 3 ਐਰੋ ਦੀ ਖਰੀਦ ਦਾ ਇਸ ਤਰ੍ਹਾਂ ਕਿ ਕਿਸਮਤ ਹੁੰਦੀ ਹੈ ਕਿ ਜਿਸ ਬੰਦੇ ਦੇ ਕਿਸਮਤ ਦੇ ਵਿੱਚ ਪੈਸੇ ਲਿਖੇ ਹੋਣ ਕਿਸੇ ਨਾ ਕਿਸੇ ਆਨੇ ਬਹਾਨੇ ਉਸ ਬੰਦੇ ਕੋਲ ਪਹੁੰਚ ਹੀ ਜਾਂਦੇ ਨੇ ਇਸ 3 ਐਰੋ ਦੀ ਲੋਟਰੀ ਦੇ ਨਾਲ ਉਹਨੂੰ 70000 ਐਰੋ ਦਾ ਜਿਹੜਾ ਉਹਨੂੰ 70000 ਐਰੋ ਦੀ ਲੋਟਰੀ ਨਿਕਲ ਜਾਂਦੀ ਇੱਕ ਕਹਿ ਸਕਦੇ ਕੋ ਉਹਦੀ ਕਿਸਮਤ ਹੀ ਬਦਲ ਜਾਂਦੀ ਹੈ ਸੁਪਰ ਸੈੱਟੇ ਮੈਜੋ ਸੀ ਜਿਹਦੇ ਨਾਲ ਉਹਦੀ ਲੋਟਰੀ ਨਿਕਲੀ ਤੇ ਪਰ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦੇ ਇਹ ਜਿਹੜਾ ਬੰਦਾ ਦੱਸਿਆ ਜਾ ਰਿਹਾ ਕਿ ਨਾਈਜੀਰੀਆ ਦਾ ਬੰਦਾ ਸੀ ਤੇ ਹੋ ਸਕਦਾ ਹੁਣ ਇਟਲੀ ਛੱਡ ਕੇ ਚਲ ਜਵੇ ਕਿਉਂਕਿ ਪੈਸੇ ਉਹਨਾਂ ਦੇ ਉੱਤੇ ਕਾਫੀ ਬਣ ਜਾਂਦੇ ਨੇ ਪਰ ਇਹ ਜੋ ਜੂਹੇ ਹੁੰਦੇ ਨੇ ਲਾਟਰੀਆਂ ਵਾਲੇ ਬਹੁਤ ਮਾੜੇ ਹੁੰਦੇ ਨੇ ਇਹਨਾਂ ਦੇ ਵਿੱਚ ਸ਼ੌਂਕੀਆ ਤੌਰ ਤੇ ਕਿਤੇ ਮਹੀਨੇ ਚ ਇੱਕ ਅੱਧਾ ਖਰੀਦ ਲਓ ਤਾਂ ਠੀਕ ਆ ਪਰ ਆਪਣੀਆਂ ਸਾਰੀ ਤਨਖਾਹ ਨੂੰ ਇਹਦੇ ਵਿੱਚ ਲਾਣਾ ਬਹੁਤ ਗਲਤ ਆ ਕਾਫੀ ਆਪਣੇ ਜਿਹੜੇ ਵੀਰ ਆ ਇਸ ਰਾਹ ਦੇ ਵੀ ਚੱਲੇ ਨੇ ਕਿ ਆਪਣੀਆਂ ਤਨਖਾਹਾਂ ਦੀਆਂ ਤਨਖਾਹ ਜੜੀਆਂ ਇਹ ਜੂਏ ਦੀਆਂ ਮਸ਼ੀਨਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪਾ ਦਿੰਦੇ ਨੇ ਪਾ ਦਿੰਦੇ ਨੇ ਤੇ ਬਾਅਦ ਵਿੱਚ ਸਤਾਂ ਦਿਨੀ ਬਹੁਤ ਸਾਰੇ ਬੰਦੇ ਇਸ ਰਾਹ ਪੈ ਗਏ ਨੇ ਇਹ ਜਿਹੜਾ ਰਾਹ ਬਹੁਤ ਹੀ ਗਲਤ ਹੈ ਤੇ ਸਟਾਕ ਮਾਰਕੀਟਿੰਗ ਵੀ ਜੇ ਅਸੀਂ ਦੇਖੀਏ ਉਹ ਵੀ ਇੱਕ ਕਿਸਮ ਦਾ ਜੂਆ ਹੀ ਹੈ ਜੀ ਇਹਦੇ ਵਿੱਚ ਸਿਰਫ ਜੇਕਰ ਇਨਵੈਸਟਮੈਂਟ ਕਰਨੀ ਹੋਵੇ ਉਨੀ ਹੀ ਕਰੋ ਜੇਕਰ ਤੁਹਾਡੇ ਉਹ ਲਾਜ਼ ਵੀ ਹੋ ਜਾਵੇ ਤੁਹਾਨੂੰ ਜਿਹੜਾ ਘਾਟਾ ਵੀ ਪੈ ਜਾਵੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਉਸ ਘਾਟੇ ਦੇ ਨਾਲ ਕੋਈ ਫਰਕ ਨਾ ਪਵੇ ਹਮੇਸ਼ਾ ਹੀ ਚਾਹੇ ਸਟਾਕ ਮਾਰਕੀਟ ਹੋਵੇ ਚਾਹੇ ਜੂਆ ਹੋਵੇ ਚਾਹੇ ਲਾਟਰੀ ਹੋਵੇ ਜੋ ਵੀ ਹੋਵੇ ਉਹਦੇ ਵਿੱਚ ਉਹੀ ਲਾਓ ਜਿਹਦਾ ਤੁਹਾਨੂੰ ਦੁੱਖ ਨਾ ਹੋਵੇ ਇਹਦੇ ਨਾਲ ਜੋ ਸਾਡੀਆਂ ਅੱਜ ਦੀਆਂ ਖਬਰਾਂ ਨੇ ਇੱਥੇ ਮੁੱਕਦੀਆਂ ਨੇ ਜੀ ਅਸੀਂ ਮਿਲਾਂਗੇ ਆਪਣੇ ਅਗਲੇ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਹੇ ਟਾਲੀਨ ਖਬਰਾਂ ਤੋਂ ਹੀ ਕਰਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ